ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੰਤਾਲੀਵਾਲ ਸਾਈਪ੍ਰੈਸ ਤੋਂ ਕੇਅਰ ਟੇਕਰ ਜੋਬ ਦਾ ਹੈਗਾ ਅੱਜ ਆਪਣਾ 24ਵਾਂ ਦਿਨ। ਅਤੇ ਸਵੇਰੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਮੈਂ ਲਾ ਲਿਆ ਟੀਵੀ, ਅਤੇ ਆਹ ਪਤਾ ਨਹੀਂ ਯਾਰ ਕਿਹੜੇ ਪਾਸੇ ਅੱਗ ਲੱਗੀ ਪਈ ਆ, ਸਮਝ ਕੁਛ ਆਉਂਦਾ ਨਹੀਂ, ਪਰ ਯਾਰ ਬੜਾ ਬੁਰਾ ਹੋਇਆ। ਇੱਥੋਂ ਕਰਦੇ ਹਾਂ ਸ਼ੁਰੂਆਤ ਬਾਈ। ਸਭ ਤੋਂ ਪਹਿਲਾਂ ਇੱਕ 'ਚ ਪਾਣੀ ਅਤੇ ਇੱਕ 'ਚ ਦੁੱਧ, ਅਤੇ ਆਹ ਬਾਕੀ ਆ ਗਿਆ ਬਾਈ ਜੈਮ, ਅਤੇ ਇੱਕ ਆ ਗਿਆ ਬਟਰ, ਅਤੇ ਇੱਕ ਚੀਜ਼ ਚੂਜ਼ ਵਗੈਰਾ ਆ ਗਏ ਇਹ। ਬਾਕੀ ਆਹ ਆ ਗਿਆ ਬਾਈ, ਇਹ ਆਪਣੇ ਕੋਲ ਖੀਰੇ ਟਮਾਟਰ ਵਗੈਰਾ ਆ ਗਏ, ਚੀਜ਼ ਆ ਗਿਆ ਚਿਕਨ ਦਾ ਹੈ ਨਾ ਪੀਸ ਆ ਗਿਆ ਇੱਕ, ਅਤੇ ਸਲਾਈਸ ਅਤੇ ਬਾਕੀ ਚੀਜ਼ ਆ ਗਿਆ, ਅਤੇ ਆਹ ਬ੍ਰੈਡ ਆ ਗਿਆ, ਅਤੇ ਬਾਕੀ ਆ ਕੌਫੀ ਆ ਗਈ। ਬੜਾ ਘੈਂਟ ਸਿਸਟਮ ਆ ਯਾਰ, ਬੜਾ ਵਧੀਆ ਬਣਾਇਆ ਹੋਇਆ। ਹੋਰ ਗੱਲਾਂ ਗੱਲਾਂ ਯਾਰ, ਮੈਨੂੰ ਐਂ ਨਹੀਂ ਸਮਝ ਆਇਆ ਵੀ ਆਹ ਦਿਮਾਗ ਕਿਹਦਾ ਕੰਮ ਕਰ ਗਿਆ ਵੀ ਆਂਡਾ ਰੱਖਣਾ ਏ ਯਾਰ। ਆਹ ਕਿਹਨੇ ਦਾ ਦਿਮਾਗ ਕਰਿਆ ਇਹ ਵੀ ਆਂਡਾ ਐਂ ਧਰਨਾ ਵੀ ਇੱਧਰ ਉੱਧਰ ਨਾ ਹੋਵੇ, ਬੜਾ ਯਾਰ ਹੈ ਨਾ। ਬ੍ਰੇਕਫਾਸਟ ਕਰਕੇ ਯਾਰ ਮੈਂ ਲਾਲੀ ਫਿਲਮ ਪ੍ਰਾਹੁਣਾ 2, ਮੈਂ ਕਿਹਾ ਚਲੋ ਇਹ ਦੇਖਦੇ ਹਾਂਗੇ। ਉਸ ਤੋਂ ਬਾਅਦ 'ਚ ਦੁਪਹਿਰੇ ਮੈਨੂੰ ਯਾਰ ਲੰਚ ਫੜਾ ਗਏ ਸਟਾਫ ਵਾਲੇ, ਅਤੇ ਮੈਂ ਦੇਖਿਆ ਮੱਛੀ, ਮੈਂ ਕਿਹਾ ਵਾਹ ਮੱਛੀ ਲੱਗੀ ਅੱਛੀ, ਅਤੇ ਦਵਾ ਦਾ ਬਾਈ ਫਿਰ ਮੈਂ ਕਿਹਾ ਯਾਰ ਲੰਚ ਕਰੀਏ, ਭੁੱਖ ਬਹੁਤ ਲੱਗੀ ਪਈ ਹੈਗੀ। ਮੈਂ ਟਾਈਮ ਦੇਖਿਆ 2:15 ਹੋਏ ਪਿਆ, ਮੈਂ ਕਿਹਾ ਟਾਈਮ ਹੀ ਬੜਾ ਹੋ ਗਿਆ। ਫਿਰ ਮੈਂ ਕੱਢੀ ਦਵਾ ਦਾ ਬੈਗ 'ਚੋਂ ਕਿੱਟ ਕੈਟ, ਮੈਂ ਕਿਹਾ ਕਿੱਟ ਕੈਟ ਖਾਈਏ। ਕਿੱਟ ਕੈਟ ਖਾ ਕੇ ਮੈਂ ਸੋਚੀ ਗਿਆ ਵੀ ਮੈਂ ਕਈ ਦਿਨਾਂ ਦਾ ਕੁਛ ਲਿਖਿਆ ਨਹੀਂ, ਮੈਂ ਕਿਹਾ ਕਿਉਂ ਨਾ ਕੁਛ ਲਿਖਿਆ ਜਾਵੇ ਸੋਚਿਆ। ਫਿਰ ਮੈਂ ਆ ਗਿਆ ਲਿਫਟ ਦੇ ਵਿੱਚ, ਕਿਉਂਕਿ ਮੇਰੀ ਮੈਡਮ ਦਾ ਫੋਨ ਆ ਗਿਆ ਵੀ ਆ ਜਾ ਹੋਸਨ ਤੈਨੂੰ ਘਰੇ ਲੈ ਕੇ ਚੱਲਾਂ। ਅਤੇ ਆ ਬਾਈ ਆਪਣਾ ਹੋਸਪਿਟਲ ਹੈਗਾ ਬਾਹਰੋਂ, ਬੜਾ ਵਧੀਆ ਬਾਈ, ਬੜਾ ਘੈਂਟ ਬਣਾਇਆ ਹੋਇਆ ਇਹਨਾਂ ਨੇ, ਬਹੁਤ ਸੋਹਣਾ। ਅਤੇ ਆ ਰੋਡ ਦੇ ਉੱਪਰ ਤੁਰਿਆ ਜਾ ਰਿਹਾ ਹੈਗਾ, ਸਾਹਮਣੇ ਮੇਰੀ ਮੈਡਮ ਖੜੀ ਹੈਗੀ, ਅਤੇ ਆਪਾਂ ਗੱਡੀ ਦੇ ਵਿੱਚ ਬਹਿ ਚੁੱਕੇ ਹਾਂ ਅਤੇ ਰੋਡ ਦੇ ਉੱਪਰ ਜਾ ਰਹੇ ਹਨ ਦੋਸਤੋ। ਅਤੇ ਘਰ ਆ ਕੇ ਜੀ ਆਪਾਂ ਹੋ ਚੁੱਕੇ ਹਾਂ ਰੈਡੀ ਜਮ੍ਹਾਂ, ਅਤੇ ਬਸ ਟੀ ਸ਼ਰਟ ਪਾਉਣੀ ਰਹਿ ਗਈ ਇਕੱਲੀ ਆਪਣੀ, ਅਤੇ ਆਹ ਆਪਣੀ ਘੜੀ, ਅਤੇ ਆਪਾਂ ਗੁੱਟ 'ਤੇ ਸਜਾ ਲਈ ਆ, ਅਤੇ ਆਪਣੀ ਟੀ ਸ਼ਰਟ ਪਈ ਆ ਟੇਬਲ 'ਤੇ, ਕਿਉਂਕਿ ਗਰਮੀ ਬਹੁਤ ਆ, ਜਦੋਂ ਜਾਵਾਂਗੇ ਉਦੋਂ ਟੀ ਸ਼ਰਟ ਪਾ ਲਾਂਗੇ। ਫਿਰ ਮੈਂ ਖੋਲਿਆ ਫਰਿੱਜ, ਮੈਂ ਕਿਹਾ ਕੁਛ ਨਾ ਕੁਛ ਖਾਇਆ ਜਾਵੇ, ਕੀ ਖਾਇਆ ਜਾਵੇ ਕੀ ਖਾਇਆ ਜਾਵੇ। ਫਿਰ ਮੈਂ ਉੱਪਰ ਦੇਖਿਆ, ਜਦੋਂ ਦੇਖਿਆ ਮੈਂ ਕਸਟਰਡ, ਇਹ ਖਾਂਦੇ ਹਾਂ। ਥੈਂਕ ਯੂ ਸੋ ਮੱਚ, ਬਾਏ।